ਅਸੀਂ ਤੁਹਾਡੇ ਮਾਪੇ ਆ ਅਸੀਂ ਕਿਰਤਾ ਕਰ ਕਰ ਕੇ ਖਾਣ ਵਾਲੇ ਆ ਸਦੀਆਂ ਬੀਤ ਗਈਆਂ ਸਾਨੂੰ ਕਿਰਤਾ ਕਰਦਿਆਂ ਨੂੰ ਅੱਜ ਤੱਕ ਕਦੇ ਤੁਸੀਂ ਨਹੀਂ ਦੇਖਿਆ ਹੋਣਾ ਵੀ ਸਾਡਾ ਕਦੇ ਉਤਲਾ ਪੱਟ ਆਇਆ ਇਹ ਇੱਕ ਖੁੱਲੀ ਕਿਤਾਬ ਵਾਂਗ ਇੱਕ ਬਹੁਤ ਵੱਡਾ ਸਵਾਲ ਹੈ ਕਿੱਥੇ ਹੱਥਾਂ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਆਪਦੇ ਘਰ ਦੇ ਗੁਜ਼ਾਰੇ ਚਲਾਉਣ ਦੀ ਖਾਤਰ ਪੈਸੇ ਦੂਜੇ ਚੋਂ ਮੰਗਣੇ ਪੈਂਦੇ ਨੇ ਇੱਕ ਬਹੁਤ ਵੱਡਾ ਸਵਾਲ ਇਹ ਹੈ ਕਿ ਆਪਦੀ ਜਿਨਸ ਨੂੰ ਆਪ ਪੈਦਾ ਕਰਨ ਵਾਲੇ ਲੋਕਾਂ ਨੂੰ ਆਪਦੀ ਜਿਨਸ ਦਾ ਮੁੱਲ ਕਿਸੇ ਹੋਰ ਤੋਂ ਕਿਉਂ ਪੁੱਛਣਾ ਪੈਂਦਾ ਖਰੀਦਦਾਰ ਤੋਂ ਕਿਉਂ ਪੁੱਛਣਾ ਪੈਂਦਾ ਇਹ ਵੱਡਾ ਸਵਾਲ ਭਰਾਵੋ ਸਾਡੇ ਉੱਤੇ ਹੈ ਸਾਡੇ ਇਤਿਹਾਸ ਤੇ ਹੈ ਤੇ ਸੋਨੇ ਵਾਸਤੇ ਇੱਕ ਬਹੁਤ ਵੱਡਾ ਸਵਾਲ ਹੈ ਕਿ ਇੱਕ ਮਹਾਨ ਦੇਸ਼ ਦੇ ਵਿੱਚ ਰਹਿੰਦੇ ਹੋਇਆ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਤਾਂ ਸਾਡੇ ਦੇਸ਼ ਦੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਕਿਉਂ ਜਾਣਾ ਪੈਂਦਾ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਸਾਡੇ ਦੇਸ਼ ਦੇ ਬੱਚਿਆਂ ਦਾ ਰੁਜ਼ਗਾਰ ਕਿੱਧਰ ਚਲਾ ਗਿਆ ਇਸੇ ਗੱਲ ਨਾਲ ਹੀ ਭਰਾਵੋ ਆਹ ਗੱਲ ਕਰੋਨਾ ਵਾਲੀ ਗੱਲ ਇਸ ਗੱਲ ਨਾਲ ਜੁੜੀ ਹੋਈ ਹੈ ਇਹ ਗੱਲ ਇਸ ਗੱਲ ਨਾਲ ਜੁੜੀ ਹੋਈ ਹੈ ਤੇ ਦੇਸ਼ ਦੇ ਹਾਕਮਾਂ ਨੇ ਦਿਸ਼ਾ ਕਿਹੜੀ ਫੜੀ ਹੋਈ ਹੈ ਦੇਸ਼ ਦੇ ਹਾਕਮ ਹਿੱਤ ਕਿਹਦਾ ਪੂਰ ਰਹੇ ਨੇ ਦੇਸ਼ ਦੇ ਹਾਕਮ ਕਾਨੂੰਨ ਕਿਹਦੀ ਖਾਤਰ ਬਣਾਉਂਦੇ ਨੇ ਜਿਹੜੇ ਇਹ ਕਾਨੂੰਨ ਬਣੇ ਨੇ ਮੋਦੀ ਹਕੂਮਤ ਮਾਂ ਦੇ ਨਾਲ ਬੋਲ ਰਹੀ ਹੈ ਰਾਜ ਸਭਾ ਦੇ ਵਿੱਚ ਬਿਆਨ ਹੈ ਤੋਮਰ ਦਾ ਬਿਆਨ ਹੈ ਪਾਰਲੀਮੈਂਟ ਦੇ ਵਿੱਚ ਕਿ ਇਹਨੂੰ ਕਾਨੂੰਨ ਹੋਵੇ ਜੇ ਤੋ ਬਤਾ ਦੋ ਕਿ ਕਾਲਾ ਕਿਆ ਹੈ ਉਹ ਭਲਿਆ ਮਾਨਸਾ ਇਹ ਤਾਂ ਸਾਰੇ ਦੇ ਸਾਰੇ ਕਾਨੂੰਨ ਹੀ ਕਾਲੇ ਨੇ ਤੂੰ ਦੱਸ ਦੇ ਵੀ ਇਹਦੇ 'ਚ ਚਿੱਟਾ ਕੀ ਹੈ ਇਹਦੇ 'ਚ ਤਾਂ ਚਿੱਟਾ ਹੈ ਹੀ ਕੱਖ ਨਹੀਂ ਤੈਨੂੰ ਦੱਸਿਆ ਨੀ ਉਹਨਾਂ ਨੇ ਪੜ੍ਹ ਕੇ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ ਉਹ ਤੂੰ ਇਹ ਕਹਿਣ ਨੂੰ ਤਿਆਰ ਹੋਇਆ ਬੈਠਾ ਕਿ ਮੌਜ ਨਾਲ ਬੇਸ਼ਰਮੀ ਨਾਲ ਕਹਿ ਰਹੀ ਹੈ ਹਕੂਮਤ ਕਿ ਇਨ ਕਾਨੂੰਨੋਂ ਮੈਂ ਅਮੈਂਡਮੈਂਟ ਜੋ ਮਰਜ਼ੀ ਕਰਵਾ ਲਓ ਅਮਿਤ ਸ਼ਾਹ ਦੀ ਸ਼ਬਦ ਹੈ ਅਮਿਤ ਸ਼ਾਹ ਬੋਲਦਾ ਹਾਂ ਰੁੱਡੂ ਮਾਨਸਾ ਬੈਠਾ ਵਿੱਚ ਅਮਿਤ ਸ਼ਾਹ ਕਹਿੰਦਾ ਇਹ ਕਾਨੂੰਨਾਂ ਦੇ ਵਿੱਚ ਇੰਨੇ ਅਮੈਂਡਮੈਂਟ ਕਰਵਾ ਲਓ ਵੀ ਇਹਨਾਂ ਦੇ ਵਿੱਚ ਕੱਖ ਨਾ ਰਹੇ ਪਰ ਰਿਪੀਲ ਨਾ ਕਰਾਓ ਰੱਦ ਨਾ ਕਰਵਾਓ ਸ਼ਰਮ ਨਾਲ ਮਰ ਜਾਓ ਸ਼ਰਮ ਨਾਲ ਜਿਹੜੇ ਆਪਣੇ ਹੱਥਾਂ ਨਾਲ ਬਣਾਏ ਕਾਨੂੰਨ ਨੇ ਪ੍ਰਧਾਨ ਮੰਤਰੀ ਹੁੱਬ ਹੁੱਬ ਕੇ ਬੋਲ ਰਿਹਾ ਹੈ ਇਹ ਕਾਨੂੰਨ ਤੁਹਾਡਾ ਪੈਦਾ ਕਰਨਗੇ ਮੈਂ ਕਿਸਾਨਾਂ ਦੀ ਆਮਦ ਦੁੱਗਣੀ ਕਰਨ ਵਾਸਤੇ ਕਾਨੂੰਨ ਬਣਾਏ ਨੇ ਤੇ ਅਮਿਤ ਸ਼ਾਹ ਕਹਿੰਦਾ ਕਿ ਅਮੈਂਡਮੈਂਟ ਕਿਤਨੀ ਕਰਵਾ ਲਓ ਕਿ ਖਾਲੀ ਖੋਖਾ ਰਹਿ ਜਾਵੇ ਇਹੀ ਗੱਲ ਤੋਮਰ ਕਹਿ ਰਿਹਾ ਹੈ ਉਹ ਜੇ ਅਮੈਂਡਮੈਂਟ ਕਰਨ ਤੋਂ ਕਾਨੂੰਨ ਐਪਲੀਮੈਂਟ ਅਜੇ ਹੋਏ ਨਹੀਂ ਕਾਨੂੰਨ ਲਾਗੂ ਨਹੀਂ ਹੋਏ ਉਹਨਾਂ ਦਾ ਮਾੜੇ ਚੰਗਿਆਂ ਦਾ ਪਤਾ ਨਹੀਂ ਲੱਗਿਆ ਐਪਲੀਮੈਂਟ ਕਰਨ ਤੋਂ ਰੌਲਾ ਪਹਿਲਾਂ ਪੈ ਗਿਆ ਤੇ ਉਹ ਕਾਨੂੰਨਾਂ ਨੂੰ ਅਮੈਂਡਮੈਂਟ ਕਰਨਾ ਵੀ ਪੈ ਰਿਹਾ ਤੇ ਹੋਲਡ ਤੇ ਵੀ ਲਾਉਣੇ ਪੈ ਰਹੇ ਨੇ ਤਾਂ ਤੇਰੇ ਕਾਨੂੰਨ ਵਾਜਬ ਕਿਵੇਂ ਨੇ ਇਹ ਗੈਰ ਕਿਵੇਂ ਨੇ ਇਹਨਾਂ ਨੂੰ ਰਿਪੀਲ ਨਾ ਕਰ ਇਹਨਾਂ ਨੂੰ ਚੁੱਲ੍ਹੇ 'ਚ ਪਾ ਦੇ ਇਹਨਾਂ ਨੂੰ ਫੂਕ ਦੇ ਪਾੜ ਦੇ ਆਹ ਕਹਿੰਦੇ ਅਸੀਂ ਭਾਈ ਅਸੀਂ ਛੱਡ ਦਿੰਦੇ ਹਾਂ ਤੈਨੂੰ ਜੇ ਇਸ ਗੱਲ ਤੇ ਰੌਲਾ ਵੀ ਰੱਦ ਸ਼ਬਦ ਨਾ ਕਹੋ ਮੇਰੀ ਬੇਇੱਜ਼ਤੀ ਹੁੰਦੀ ਹੈ ਸਰਕਾਰ ਦੇ ਨੱਕ ਦਾ ਸਵਾਲ ਹੈ ਰੱਦ ਸ਼ਬਦ ਨਾ ਕਹੋ ਹੋਲਡ ਕਰਵਾ ਲਓ ਸਾਲ ਵਾਸਤੇ ਕਰਾ ਲਓ ਡੇਢ ਸਾਲ ਵਾਸਤੇ ਕਰਾ ਲਓ ਦੋ ਸਾਲ ਵਾਸਤੇ ਕਰਾ ਲਓ ਢਾਈ ਸਾਲ ਵਾਸਤੇ ਕਰਾ ਲਓ ਹੁਣ ਤਾਂ ਇੱਥੇ ਦੀ ਵੀ ਗੱਲ ਤੁਰੀ ਫਿਰਦੀ ਹੈ ਵੀ ਜਿੰਨਾ ਚਿਰ ਬੀਜੇਪੀ ਦੀ ਹਕੂਮਤ ਰਹੂਗੀ ਉਹਨਾਂ ਚਿਰ ਵਾਸਤੇ ਹੋਲਡ ਕਰਵਾ ਲਓ ਆਹ ਕਹਿੰਦਾ ਜੀ ਜੇ ਬੀਜੇਪੀ ਦੀ ਕਾਨੂੰਨ ਰਹਿਣ ਤੱਕ ਹੋਲਡ ਦੀ ਲਾਗੂ ਨਹੀਂ ਹੁੰਦੇ ਕਾਨੂੰਨ ਤਾਂ ਫਿਰ ਡਰ ਕਿਹੜੀ ਗੱਲ ਦਾ ਭਰਾਵੋ ਡਰ ਕਿਹਦਾ ਡਰ ਹੈ ਅਡਾਨੀਆਂ ਅਵਾਨੀਆਂ ਦਾ ਡਰ ਹੈ ਅਡਾਨੀਆਂ ਅਵਾਨੀਆਂ ਨੇ ਵੀ ਬਾਹ ਮਰੋੜੀ ਹੋਈ ਹੈ ਵਿਸ਼ਵ ਵਪਾਰ ਸੰਸਥਾ ਦੇ ਨੀਤੀਆਂ ਦਾ ਡਰ ਹੈ
कौमांतरी मुद्रा कोष का डर है, संसार बैंक दिया पॉलिसियां का डर है, कारपोरेट घराणिया दे इन्हां दे प्रभुआं दा डर है, उन्हां ने बाम रोड़ी हुई है। सुनू पता होना चाहिए कि पिछले पहले चार साल च अडानी मोदी साहब ने बाहरले मुल्क के 41 दौरे किए, 41 दौरे, 41 दौरों के विच अडानी के अवानी के नाल जाते रहे ने, 41 दौरों के विच 18 समझौते अडानी के अवानी ने आप किए ने, 5 समझौते अवानी ने किए ने प्रभु, 13 समझौते अडानी ने किए ने। अडानी नू देश की अनाज की सुरक्षा का पहले नंबर का कारपोरेट मने अडानी नू, जिदे 2 किलो गोदाम खुले हुए ने, 1 किलो गोदाम मोगे च 2 लाख टन संभालदा है, 1 हरियाणा कैथल दे विच बणिया है कि 2022 तक अडानी ने कहिंदे 20 करोड़ मीट्रिक टन अनाज सामण दे गोदाम बना देने ने। उधर तो अडानी गोदाम बनाउण लग रहा है, मोदी कानून बनाउण लग रहा है कि जिन्ना मर्जी अनाज खरीदो, जिन्ना मर्जी सानू, जदों उहदी जिहड़ा कमिटमेंट होई है कि इन्ने गोदाम बना लै, तां दसो मोदी किहड़े मूंह नाल कानून रद्द कर देवे। तुहानूं समझ नहीं आउंदी क्योंकि बाह उधरों मरोड़ी हुई है, अडानी नालों जारी टुटदी है। हुण सवाल इह है कि जारी अडानी नाल रखे के लिहाज लोगों नाल रखे, जे अडानी नाल जारी रखदा है तां लोक बिगड़दे ने, जे लोक बिगड़दे ने तां दुनिया च गल जांदी है, जे दुनिया च गल जांदी है तां 86 नुकसान हुंदा है, जे 86 नुकसान हुंदा है तां कुर्सी जांदी है, कुर्सी, ये रौला कुर्सी दा है। हुण फैसला भरावो तुसीं ने करना है कि इस मोदी की कुर्सी की मिट्टी कदों खिचनी है, कदों ढोनी है। मन ढह गया भरावो, अजे चित नहीं होया, मनन मनाउण दा रौला है, होर नहीं कोई रौला रहा। बोडा धौण ते धरिया होया मोदी ने, जदों कहता छड़ दिओ उदों छड़ दिआंगे। इस करके परवाह ना करो, परवाह ਤੁਹਾਡੇ ਕੋਲੇ ਵਿਆਹ ਹੋਈਆਂ ਹੋਣੀਆਂ ਕਿ ਮੋਰਚੇ ਦੇ ਵਿੱਚੋਂ ਗਿਣਤੀ ਕੱਟੀ ਜਾਂਦੀ ਹੈ, ਕੋਈ ਗਿਣਤੀ ਗੁਰਤੀ ਨਹੀਂ ਕੱਟੀ। ਜੇ ਗਿਣਤੀ ਕੱਟੀ ਹੋਈ ਹੈ ਤਾਂ ਸਿਰਫ ਉਹਨਾਂ ਤਮਾਸ਼ੇ ਵਾਲੇ ਲੋਕਾਂ ਦੀ ਗਿਣਤੀ ਕੱਟੀ ਹੋਈ ਹੈ, ਜਿਹੜੇ ਮੇਲਾ ਦੇਖਣ ਜਾਂਦੇ ਨੇ ਉੱਥੇ ਪੱਕਾ ਕੈਡਰ ਬੈਠਾ, ਜਮ ਕੇ ਬੈਠਾ ਹੈ। ਰੈਲੀਆਂ ਹੁੰਦੀਆਂ ਨੇ, ਮੀਟਰਾਂ ਹੁੰਦੀਆਂ ਨੇ, ਸਟੇਜਾਂ ਚੱਲਦੀਆਂ ਨੇ, ਕੋਈ ਗਿਣਤੀ ਗੁਰਤੀ ਨਹੀਂ ਕੱਟੀ। ਸਾਰੇ ਕਹਿਣਾ ਵੱਡੀਆਂ ਵੱਡੀਆਂ ਪੰਚਾਇਤਾਂ ਸਾਰੇ ਦੇਸ਼ ਚ ਹੋ ਰਹੀਆਂ ਨੇ, ਵੱਡਾ ਹੰਗਾਰਾ ਦੇਸ਼ ਚੋਂ ਮਿਲ ਰਿਹਾ। ਤੁਸੀਂ ਤਕੜੇ ਰਹੋ, ਸਾਡੇ ਪਿੱਛੇ ਰਹੋ, ਅਸੀਂ ਜਿੱਤ ਕੇ ਬੁਲਾਵਾਂਗੇ ਦਿੱਲੀ ਚੋਂ ਭਰਾਵੋ, ਜਿੱਤ ਕੇ ਬੁਲਾਵਾਂਗੇ, ਕੋਈ ਪਿੱਛੇ ਨਾ ਦੇ। ਇੱਕ ਸਵਾਲ ਆਇਆ ਕਹਿੰਦੇ ਲੁੱਡੂ ਮਾਨਸਾ ਦੀ ਫੋਟੋ ਲਾ ਦੀ ਫੋਟੋ, ਕਹਿੰਦੇ 1700 ਬੰਦਿਆਂ ਦਾ ਨਾਂ ਹੋਰ ਦੇਤਾ। ਉਹ ਰੂਡੂ ਮਾਨਸਾ ਦੀਆਂ ਫੋਟੋਆਂ ਤੁਹਾਨੂੰ ਅੱਜੇ ਮਿਲੀਆਂ ਨੇ, ਆ ਦੇ ਦਿੰਦੇ ਆ ਬੈਠਾ ਰੂਡੂ ਮਾਨਸਾ, ਉਹ ਕਿੱਥੇ ਬੈਠਾ ਚੰਡੀਗੜ੍ਹ ਦੀ ਪੁਲਿਸ ਹੋਰ ਬੈਠੀ ਹੋਣੀ, ਆ ਜੋ ਹੱਥ ਲਾ ਕੇ ਦਿਖਾਓ ਰੂਡੂ ਮਾਨਸਾ ਨੂੰ। ਉਹ ਅਸੀਂ ਖੱਡਾਂ ਚ ਵੜ ਕੇ ਨਹੀਂ ਰਹਿੰਦੇ, ਸਾਨੂੰ ਪਤਾ ਤੁਹਾਡੇ ਪਰਚਿਆਂ ਚ ਕਿੰਨਾ ਦਮ ਹੈ, ਤੁਹਾਡੇ ਚ ਕਿੰਨਾ ਦਮ ਹੈ ਸਾਨੂੰ ਪਤਾ ਹੈ। ਤੁਸੀਂ ਪਰਚੇ ਦਾ ਦਿਖਾਇਓ ਕਿਸੇ ਨੂੰ, 37 ਲੀਡਰਾਂ ਦੇ 307 ਦੇ ਪਰਚੇ ਨੇ 37ਾਂ ਦੇ, ਕੋਈ ਫੜ ਕੇ ਇੱਕ ਨੂੰ ਦਿਖਾਓ, ਤੁਸੀਂ ਸਾਰੇ ਪੰਜਾਬ ਦੇ ਵਿੱਚ ਝੂਠੇ ਉੱਠ ਜਾਣਗੇ, ਪੰਜਾਬ ਦੇ ਵਿੱਚ ਲਹਿਰਾਂ ਉੱਠ ਗਿਆ, ਇਹ ਲੋਕ ਸਾਹਮਣੇ ਨਹੀਂ ਜਾਣੇ। ਇਸ ਕਰਕੇ ਭੈਣੋ ਤੇ ਭਰਾਵੋ ਫਿਕਰ ਨਾ ਕਰੋ, ਲੜਾਈ ਪੀਕ ਤੇ ਹੈ, ਜਿੱਤ ਬਹੁਤ ਨੇੜੇ ਹੈ, ਜਿੱਤਾਂਗੇ ਤੁਸੀਂ। ਇਸੇ ਤਰ੍ਹਾਂ ਸਾਡੀ ਪਿੱਠ ਤਾਪੜਦੇ ਰਹੋ, ਨਾਰੇ ਮਾਰਦੇ ਆਵਾਂਗੇ, ਮੋਦੀ ਹਕੂਮਤ ਚਿੱਤ ਕਰਕੇ ਆਵਾਂਗੇ। ਧੰਨਵਾਦ।